ਜਗਮੀਤ ਹੁਣ ਤੈਨੂੰ ਆ ਗਈ ਅਕਲ ਤੈਨੂੰ ਲੱਗ ਗਿਆ ਪਤਾ ਲਾਲਾ ਵੀ ਭੱਜ ਗਿਆ ਤੇ ਭੱਜ ਗਿਆ ਨਾਲ ਆੜਤੀ ਆ ਓਏ ਤੂੰ ਨਾ ਇਹੋ ਜਿਹੀਆਂ ਗੱਲਾਂ ਕਰ ਮੇਰੇ ਨਾਲ ਲਾਲਾ ਨਾਲ ਆੜਤੀ ਆ ਮੈਂ ਸਾਰਿਆਂ ਨੂੰ ਮੈਂ ਦੋਨਾਂ ਦਾ ਵੀਜ਼ਾ ਲਵਾ ਹੀ ਦੇਣਾ ਵੀਜ਼ਾ ਲਵਾ ਦੇਣਾ ਉਹਨਾਂ ਨੂੰ ਬਾਹਰ ਭੇਜ ਦੇਣਾ ਓਏ ਬਾਹਰ ਨਹੀਂ ਇੱਕ ਵਕਤ ਮੈਂ ਸਾਰਿਆਂ ਨੂੰ ਉੱਪਰ ਭੇਜਣਾ ਉੱਪਰ ਧਰਮਰਾਜ ਦੇ ਕੋਲੇ ਭੇਜਣਾ ਉੱਤੇ ਚੱਲ ਸੁਣ ਵੀਰੇ ਮੈਂ ਤਾਂ ਕਹਿਣਾ ਵਾਪਸ ਮੁੜ ਚੱਲੀਏ ਬੱਸ ਜਾਂਦੀ ਹੈ ਮੈਂ ਸੁਣਿਆ 9 ਵਜੇ ਇੱਥੋਂ ਬੱਸ ਜਾਂਦੀ ਹੈ ਨੇੜੇ ਹੋਈ ਓ ਬੱਸ ਬੱਸ ਛਿੱਤਰ ਨਾ ਖਾ ਲਈ ਮੇਰੇ ਤੋਂ ਅਖੇ ਬਾਹਰ ਚੱਲੀਏ ਕਦੇ ਉੱਪਰ ਚੱਲੀਏ ਕਦੇ ਮੇਰਾ ਦਿਮਾਗ ਖਰਾਬ ਕਰੇਗਾ ਹੁਣ ਤੂੰ ਕਹਿੰਦਾ ਆਪਾਂ ਪਿੰਡ ਚੱਲੀਏ ਓ ਪਿੰਡ ਜਾ ਕੇ ਸ਼ਰੀਕਾਂ ਨੂੰ ਮੂੰਹ ਕਿੱਦਾਂ ਦਿਖਾਵਾਂਗੇ ਬੜੇ ਚੌੜੇ ਹੋ ਕੇ ਚੱਲੇ ਸੀ ਸ਼ਾਂਤੀ ਨੂੰ ਲੈਣ ਲੈ ਲਈ ਸ਼ਾਂਤੀ ਉੱਥੇ ਬੇਇੱਜ਼ਤੀ ਹੋਣੀ ਹੈ ਪਿੰਡ ਦੇ ਵਿੱਚ ਬੈਠਾ ਰਹੀ ਉੱਥੇ ਫਿਰ ਲੋਕਾਂ ਦੇ ਸਾਹਮਣੇ ਨੀਵੀਂ ਪਾ ਕੇ ਓ ਵੀਰੇ ਓ ਵੀਰੇ ਕੀ ਹੋਇਆ ਉਧਰ ਵੀ ਉਧਰ ਓ ਬੇ ਬੁੱਕਾ ਐਸ ਉਮਰੇ ਤੂੰ ਕੁੜੀਆਂ ਦੇਖਦਾ ਤੈਨੂੰ ਸ਼ਰਮ ਨਹੀਂ ਆਉਂਦੀ ਮਾਰਨਾ ਰਾਹ ਘਾਦੇ ਰੇ ਓ ਵੀਰੇ ਉਹਦੇ ਨਾਲ ਵੇਖ ਨਾਲ ਹੁੰਦੇ ਉਹਦੇ ਨਾਲ ਕੀ ਆ ਮੁੰਡਾ ਛੋਟਾ ਜਿਹਾ ਉਧਰ ਵੇਖ ਨਾਲ ਇਹ ਸਾਲਾ ਲੇਡਾ ਉਹ ਲੇਡਾ ਇੱਥੇ ਕਿੱਦਾਂ ਤੁਰਿਆ ਫਿਰਦਾ ਧਿਆਨ ਨਾਲ ਕੌਣ ਆ ਚੜੇਲ ਜੀ ਉਹਦੇ ਨਾਲ ਲੱਗਦੀ ਕੋਈ ਵੱਡੇ ਸਾਹਿਬ ਦੀ ਘਰ ਵਾਲੀ ਤੇ ਫਿਰ ਆਪਣੀ ਸ਼ਾਂਤੀ ਕਿੱਥੇ ਗਈ ਹੋਏ ਇਹ ਲੱਗਦਾ ਦਾਲ ਚ ਕਾਲਾ ਹੈ ਮੈਨੂੰ ਹੁਣ ਪੁੱਤ ਕੋਈ ਗੱਲ ਨਹੀਂ ਜਿਹੜਾ ਤੂੰ ਸਾਨੂੰ 2-3 ਦਿਨ ਉੱਲੂ ਬਣਾਇਆ ਨਾ ਹੁਣ ਤੈਨੂੰ ਕਰਦਾ ਮੈਂ ਸਿੱਧਾ ਸੁਣ ਮੇਰੀ ਗੱਲ ਬੜੀ ਜ਼ੋਰ ਦੀ ਮਾਰਦਾ ਇੰਨੀ ਜ਼ੋਰ ਦੀ ਤਾਂ ਕਦੇ ਇਹਨੇ ਨਹੀਂ ਮਾਰਿਆ ਉਹ ਬੇਟੇ ਬੇਟੇ ਜਿਹੜੀ ਉਹ ਸ਼ਮਕ ਸੱਲੋ ਜੀ ਜਾਂਦੀ ਹੈ ਉਹ ਕੌਣ ਹੈ ਅੰਕਲ ਉਹ ਤਾਂ ਮੇਰੀ ਮੰਮੀ ਹੈ ਤੇਰੀ ਮੰਮੀ ਆ ਤੇ ਬੇਟੇ ਜਿਹੜਾ ਨਾਲ ਉਹ ਉੱਚੀ ਜੀ ਤੰਬੀ ਵਾਲਾ ਬੰਦਾ ਤੁਰ ਜਾਂਦਾ ਹੈ ਉਹ ਕੌਣ ਆ ਉਹ ਛੜਾ ਅੰਕਲ ਉਹ ਮੇਰੇ ਪਾਪਾ ਹੈ ਓਏ ਹੱਦ ਹੋ ਗਈ ਓ ਤੇਰਾ ਪਾਪਾ ਕਿੱਥੋਂ ਆ ਉਹ ਲੇਡਾ ਉਹ ਤੇਰੀ ਮੰਮੀ ਉਹ ਤੇਰਾ ਪਾਪਾ ਕਿੱਥੇ ਬਣ ਗਿਆ ਉਹ ਅੰਕਲ ਲੇਡਾ ਅੰਕਲ ਤਾਂ ਘਰੇ ਆ ਇਹ ਤਾਂ ਮੇਰੇ ਪਾਪਾ ਨੇ ਕੀ ਕਰ ਰਹੇ ਲਾਡੀ ਲਾਡੀ ਬੇਟੇ ਲਾਡੀ ਉਹ ਚੁੱਪ ਦਾ ਕਰ ਜਾ ਇੱਥੇ ਹੋਣਾ ਜਾਣਾ ਕਿੱਥੇ ਉਹਨੇ ਲਾਡੀ ਬੇਟੇ ਲਾਡੀ ਉਹ ਭਾਈ ਸਾਹਿਬ ਬੱਚੇ ਨਾਲ ਕੀ ਕਰ ਰਹੇ ਹੋ ਅਸੀਂ ਤੇਰਾ ਮੁੰਡਾ ਕਿਡਨੈਪ ਕਰ ਲਿਆ ਤੈਨੂੰ ਪਤਾ ਨੀ ਅਸਲ ਹੈ ਨੀ ਤੈਨੂੰ ਉਹ ਗੱਲ ਸੁਣੋ ਤੁਸੀਂ ਉਰੇ ਆਉਰੇ ਬੱਚੇ ਨੂੰ ਉਰੇ ਲੈ ਕੇ ਆ ਓਏ ਸ਼ਾਂਤੀ ਕਿੱਥੇ ਆ ਸਾਡੀ ਉਹ ਮੈਂ ਸਾਰੀ ਗੱਲ ਸਮਝਦਾ ਭਾਈ ਸਾਹਿਬ ਤੁਸੀਂ ਆ ਉਰੇ ਆਓ ਬੱਚੇ ਨਾਲ ਲੈ ਕੇ ਆਓ ਕੋਈ ਗੱਲ ਨਹੀਂ ਆਜੋ ਮੇਰੇ ਕੋਲੇ ਆਜੋ ਆਓ ਤੁਸੀਂ ਬੱਚੇ ਲਿਓ ਆਜੋ ਆਜੋ ਦੱਸੋ ਪਾਗਲੋ ਤੁਹਾਡੀ ਹਾਲਤ ਕੀ ਬਣੀ ਹੋਈ ਆ ਗਰਮੀ ਦੇ ਵਿੱਚ ਭੁੱਖੇ ਤੇ ਆਏ ਤੁਸੀਂ ਫਿਰਦੇ ਆ ਪਹਿਲਾਂ ਘਰ ਚਲੋ ਓਏ ਘਰ ਤੇ ਚੱਲਾਂਗੇ ਤੂੰ ਸਾਨੂੰ ਬਹੁਤੀ ਦੇਰ ਬੇਵਕੂਫ ਨਾ ਬਣਾ ਬੜੀ ਦੇਰ ਤੂੰ ਭਗਾਈ ਕਰਾਤੀ ਸਾਡੀ ਸਾਨੂੰ ਪਤਾ ਤੂੰ ਨਾ ਲੇਡਾ ਆ ਬੋਲੀ ਜੀ ਬਦਲ ਕੇ ਨਾ ਪੜੇ ਲਿਖੇ ਵਾਲੀ ਸਾਨੂੰ ਲੱਗਿਆ ਤੂੰ ਚਾਰਨ ਅੱਛਾ 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 ਚਲੋ ਸਮਝ ਲਓ ਮੈਂ ਹੀ ਲੇਡਾ ਤੁਹਾਨੂੰ ਲੇਡਾ ਵੀ ਮਿਲਾ ਦੂੰ ਤੁਹਾਨੂੰ ਸੰਤੀ ਵੀ ਮਿਲਾ ਦੂੰ ਸਮਝ ਲਓ ਤੁਸੀਂ ਅਸਲੀ ਜਗ੍ਹਾ ਹੁਣ ਆ ਗਏ ਤੁਹਾਨੂੰ ਜ਼ਿਆਦਾ ਹੁਣ ਤੁਹਾਨੂੰ ਘੁੰਮਣ ਫਿਰਨ ਦੀ ਲੋੜ ਨਹੀਂ ਹੈ ਉਹ ਲੇਡਾ ਇੰਨੀਆਂ ਸਿਆਣੀਆਂ ਗੱਲਾਂ ਨਹੀਂ ਕਰ ਸਕਦਾ ਉਹ ਸਿਆਣੀਆਂ ਗੱਲਾਂ ਤਾਂ ਕਰੂ ਗਈ ਉਹਦਾ ਮੁੰਡਾ ਜੋ ਸਿਕੰਜੇ 'ਚ ਫਸਿਆ ਨੋ ਡਾਰਲਿੰਗ ਪਹਿਲਾਂ ਮੈਂ ਬੜੀ ਮੁਸ਼ਕਲ ਨਾਲ ਨਾ ਪੇਂਡੂਆਂ ਜੀ ਨੂੰ ਬਰਦਾਸ਼ਤ ਕਰ ਰਹੀ ਹਾਂ ਉੱਤੋਂ ਆ ਡੱਫਰ ਜੇ ਨਹੀਂ ਦੀ ਗੱਲ ਸੁਣ ਪੰਤੀ ਨੂੰ ਤੇ ਲੇਡੇ ਨੂੰ ਇਹਨਾਂ ਦੇ ਨਾਲ ਨਹੀਂ ਭੇਜਣਾ ਫਿਰ ਹੈ ਗੱਲ ਸਮਝੀ ਦੀ ਹੁੰਦੀ ਮੇਰੀ ਗੱਲ ਸੁਣੋ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਨਾਕੇ ਤੇ ਜਿਸ ਦਿਨ ਆਪਾਂ ਮਿਲੇ ਸੀ ਮੈਂ ਤੁਹਾਨੂੰ ਉਸੇ ਦਿਨ ਹੀ ਸੀ ਜਾਣ ਦੇਣਾ ਹੈ ਇਹ ਤਾਂ ਚੱਲ ਦੁੱਖ ਝੱਲਣਾ ਹੀ ਪੈਣਾ ਸੀ ਐਡਾ ਇਸ ਤਰ੍ਹਾਂ ਕਰੋ ਹੁਣ ਬਹੁਤ ਹੋ ਗਿਆ ਐਂ ਕਰੋ ਅੰਦਰ ਚੱਲੋ ਤੂੰ ਠੰਡਾ ਤੱਤਾ ਪੀਓ ਪਹਿਲਾਂ ਚਲੋ ਚਲੋ ਤੁਸੀਂ ਚੱਲੋ ਮੂਰੇ ਅਸੀਂ ਆਉਨੇ ਆ ਆਜੋ ਆਜੋ ਆ ਵੇਖ ਲੈ ਯਾਰ ਕਿੱਦਾਂ ਦੀ ਜਨਾਨੀ ਆ ਓਏ ਮਹਿਮਾਨਾਂ ਨੂੰ ਕਹਿੰਦੀ ਘਰ ਨਹੀਂ ਲੈ ਕੇ ਜਾਣਾ ਗੱਫਰ ਪਤਾ ਨਹੀਂ ਕੀ ਕੁਛ ਸਾਨੂੰ ਕਹੇਗੀ ਆਜੋ